ਮੈਂ ਕਰਮਵੀਰ ਬਾਲੀ, ਜ਼ਿਲ੍ਹਾ ਪ੍ਰਧਾਨ ਸੰਘਰਸ਼ ਕਮੇਟੀ, ਸਾਰੇ ਦੇਸ਼ ਵਾਸੀਆਂ ਨੂੰ ਮੈਂ ਮੁਬਾਰਕਾਂ ਦਿੰਦਾ। ਆਜ਼ਾਦੀ ਦੇ 78ਵਾਂ ਵਰੇਗੰਢ ਮਨਾਈ ਜਾ ਰਹੀ ਹੈ ਬੜੀ ਧੂਮਧਾਮ ਨਾਲ, ਔਰ ਇਹ ਵੀ ਜਿਹੜੀ ਆਜ਼ਾਦੀ ਹੈ ਦੇਸ਼ ਦੇ ਵਿੱਚ ਕਈ ਅਨਮੋਲ ਆਹੂਤੀਆਂ ਦੇ ਕੇ ਪ੍ਰਾਪਤ ਹੋਈ ਹੈ, ਜਿਹਦੇ ਸਾਰੇ ਨਾਗਰਿਕਾਂ ਨੂੰ ਇਹਦੀ ਕਦਰ ਕਰਨੀ ਚਾਹੀਦੀ ਹੈ ਆਜ਼ਾਦੀ ਦੀ। ਦੂਸਰੀ ਗੱਲ ਇਹ ਆ ਵੀ ਦੇਸ਼ ਦੇ ਵਿੱਚ ਜਿੱਦਾਂ ਥਾਈਲੈਂਡ ਦੇ ਵਿੱਚ ਆਜ਼ਾਦੀ ਮਨਾਉਂਦੇ ਆ, ਉੱਥੇ ਕੋਈ ਚਿੜੀ ਨਹੀਂ ਲੰਘ ਸਕਦੀ, ਲੇਕਿਨ ਸਾਡੀ ਆਜ਼ਾਦੀ ਜਿਹੜੀ ਹੈ ਅਧੂਰੀ ਹੈ। ਇੱਥੇ ਲੋਕਾਂ ਨੂੰ ਆਜ਼ਾਦੀ ਦਾ ਪਤਾ ਹੀ ਨਹੀਂ। ਜਨ ਗਨ ਮਨ ਜਿਸ ਅਸੀਂ ਰਾਸ਼ਟਰੀ ਗਾਣ ਗਾਉਂਦੇ ਹਾਂ, ਦੇਸ਼ ਦਾ ਆਜ਼ਾਦੀ ਮਨਾਉਂਦੇ ਹਾਂ, ਅਤੇ ਸਾਨੂੰ ਸਾਰਿਆਂ ਚਾਹੀਦਾ ਸਾਵਧਾਨ ਖੜ੍ਹੇ ਹੋ ਕੇ 5-7 ਮਿੰਟ ਆਰਾਮ ਨਾਲ ਵਿਚਰਨ ਦੀ ਬਜਾਏ ਖੜ੍ਹੇ ਰਹਿਣਾ ਚਾਹੀਦਾ, ਤਾਂ ਕਿ ਉਹ ਸਾਡੇ ਸ਼ਹੀਦਾਂ ਨੂੰ ਸ਼ਰਧਾਂਜਲੀ ਆ, ਉਹ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਰੱਖ ਦਿੱਤੀ ਹੈ। ਸਾਡੇ ਦੇਸ਼ ਦੇ ਵਿੱਚ ਜੇ ਕਿਸੇ ਨੂੰ ਪੁੱਛ ਲਈਏ ਵੀ ਸਾਡੇ ਤਿਰੰਗੇ ਦੇ ਰੰਗ ਕਿੰਨੇ, 3 ਤਾਂ ਕਹਿ ਦੇਣਗੇ, ਪਰ ਇਹ ਨਹੀਂ ਪਤਾ ਪਹਿਲੋਂ ਕਿਹੜਾ ਤਾਂ ਦੂਜਾ ਕਿਹੜਾ ਤਾਂ ਤੀਜਾ ਕਿਹੜਾ। ਪਹਿਲਾ ਰੰਗ ਸੰਤਰੀ, ਦੂਜਾ ਚਿੱਟਾ ਅਤੇ ਤੀਜਾ ਹਰਾ। ਇਹ ਤਿੰਨੇ ਜਿਹੜੇ ਸਾਧੂ ਸਮਾਤਮਾ ਜਿਹੜੀ ਨਿਸ਼ਾਨੀ ਆ ਉਹ ਸੰਤਰੀ ਆ, ਜਿਹੜਾ ਚਿੱਟਾ ਨਿਸ਼ਾਨ ਆ ਉਹ ਸ਼ਾਂਤੀ ਦਾ, ਜਿਹੜਾ ਹਰਾ ਨਿਸ਼ਾਨ ਆ ਉਹ ਹਰੀ ਹਰਿਆਲੀ ਦਾ, ਔਰ ਜਿਹੜਾ ਵੀ ਅਸ਼ੋਕ ਚੱਕਰ ਆ ਉਹਨੇ ਆਪਣੇ ਯੁੱਧ ਜਿਹੜਾ ਟਾਲ ਦਿੱਤਾ ਸੀ, ਉਹ ਕਹਿੰਦਾ ਸੀ ਯੁੱਧ ਨਹੀਂ ਕਰਨਾ ਮੈਂ, ਉਹਨੇ ਸਾਰਾ ਜਿਹੜਾ ਕਲਿੰਗ ਸੀਗਾ ਉਹਨੂੰ ਯਾਦ ਕਰ ਦਿੱਤਾ ਸੀ ਜਿੱਤ ਕੇ ਵੀ, ਲੇਕਿਨ ਉਹਦੀ ਯਾਦ ਵਿੱਚ ਅਸ਼ੋਕ ਚੱਕਰ ਦਾ ਨਿਸ਼ਾਨ ਤਿਰੰਗੇ ਝੰਡੇ 'ਚ ਲਾਇਆ ਗਿਆ, ਤਾਂ ਕਿ ਲੋਕਾਂ ਨੂੰ ਉਹਦੀ ਕੁਰਬਾਨੀ ਯਾਦ ਰਹੇ। ਇਹ ਬਹੁਤ ਜ਼ਰੂਰੀ ਹੈ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਇਹ ਚੇਤੇ ਰੱਖਣਾ। ਇਹਦੇ ਨਾਲ ਹੀ ਮੈਂ ਸਾਰਿਆਂ ਨੂੰ ਸ਼ੁਭਕਾਮਨਾ ਦਿੰਦਾ ਹੋਇਆ ਇਹ ਜ਼ਰੂਰ ਕਹੂੰਗਾ ਵੀ ਆਜ਼ਾਦੀ ਦਾ ਜਿਹੜੇ ਬਿਗਲ ਵੱਜਦਾ, ਆਜ਼ਾਦੀ ਦਾ ਰਾਸ਼ਟਰ ਗਾਣ ਗਾਇਆ ਜਾਂਦਾ, ਉਹਦੇ ਬੰਦੇ ਨੂੰ ਥੋੜ੍ਹਾ ਸਾਵਧਾਨ ਹੋ ਕੇ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ, ਤਾਂ ਕਿ ਜਿਨ੍ਹਾਂ ਲੋਕਾਂ ਨੇ ਆਹੂਤੀ ਦਿੱਤੀ ਹੈ ਅਸੀਂ ਉਹਨਾਂ ਸ਼ਰਧਾਂਜਲੀ ਦੇ ਸਕੀਏ। ਜੈ ਹਿੰਦ।